ਹੈਲੋ ਐਵਰੀਵਨ, ਦਿਸ ਇਜ਼ ਜ਼ਾਹਿਦ ਵਿਦ ਜ਼ੀ, ਤੇ ਅੱਜ ਤੁਹਾਡਾ ਭਰਾ ਲਿਆ ਜੀ ਗਰੀਬੀ ਤੇ ਗੁਰਬਤ ਦਾ ਅਨਦਰ ਐਪੀਸੋਡ। ਤੇ ਅੱਜ ਆਪਾਂ ਲਾ ਲਈਏ ਪਬਜੀ ਮੋਬਾਈਲ ਦੀ ਇੰਟਰਨੈਸ਼ਨਲ ਲੋਬੀ, ਤੇ MSR 90-100-70 ਮਿਕਸ ਅਪ ਸੀਨ ਹੈ। ਤੇ ਚਲੋ ਥੱਲੇ ਲੱਥਦੇ ਹਾਂ ਤੇ ਚੈੱਕ ਕਰਨੇ ਇੱਥੇ ਹੁੰਦਾ ਕੀ ਸਾਡੇ ਨਾਲ, ਤੇ ਤੁਹਾਨੂੰ ਨਾਲ ਨਾਲ ਦਿੰਦੇ ਹਾਂ ਅਪਡੇਟ। ਤੋ ਜੀ ਮੈਂ ਲੈਂਡ ਹੋਣ ਲੱਗਾ ਅਤੇ ਮੈਨੂੰ ਲੱਗਾ ਬੰਦੇ ਆਏ ਨੇ 2-3 ਨੇ, ਅਤੇ ਮੈਂ ਤੁਹਾਨੂੰ ਜੇ ਚੱਕੀਏ UMP, ਅਤੇ ਮੈਂ ਕੀ ਵੇਖਣਾ ਵਾ ਭਾਅ ਜੀ, ਇੱਥੇ ਬੰਦਾ ਥੱਲੇ ਚੰਬ ਮਾਰ ਗਿਆ, ਉਹਦੀ ਹੋ ਗਈ ਬਚਤ। ਅਤੇ ਭਾਅ ਜੀ ਇਹ ਦੇਖੋ ਬਾਂਹ ਮਾਰ ਰਹੀ ਇੱਥੇ ਵਟੇਰੀ, ਬੰਦਾ ਚਵੀ ਲੱਥ ਗਿਆ ਇੱਥੇ। ਇੱਥੇ ਨੂੰ ਮੇਰੀ ਕਿਸਮਤ ਚੈੱਕ ਕਰੋ, ਗੁੱਡ ਲੱਕ ਮੇਰੀ ਕਿ ਮੇਰੀ ਬਚਤ ਹੋ ਗਈ ਹੈ। ਮੈਂ ਇਹਨੂੰ ਇੱਥੇ ਕਰਤਾ ਨੋਕ, ਅਤੇ ਦੂਜਾ ਇਹਨੂੰ ਵੀ ਮੈਂ ਕੀਤਾ ਨੋਕ, ਅਤੇ ਇਸ ਤੋਂ ਬਾਅਦ ਭਾਅ ਜੀ ਸਾਨੂੰ ਲੱਗ ਗਿਆ ਇਹ ਤੇਲ ਹੈਵੀ ਵਾਲਾ ਸਾਡੇਗਾ। ਲਓ ਜੀ ਰੀਕਾਲ ਹੋ ਕੇ ਮੈਂ ਲੈਂਡ ਹੋਇਆ ਜੀ ਦੂਜੇ ਇਵੈਂਟ ਦੇ, ਇੱਥੇ ਮੈਨੂੰ ਤਕੜਾ ਜੀ ਪਹਿਲੇ ਬੋਰਡ 'ਤੇ। ਇਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ ਜੀ ਮੇਰਾ 1v4। ਬਚਤ ਹੋ ਗਈ ਆਲਮੋਸਟ 0 ਸਾ ਮੈਂ, ਲੇਕਿਨ ਮੈਂ ਲੈ ਗਿਆ ਇਹਨੂੰ ਇੱਥੇ, ਹੁਣ ਆਪਾਂ ਚੁੱਕਣਾ ਸੋਦਾ ਤੇਲ ਲਾਣਾ ਉਹਨੂੰ ਹੈਲਥ ਬੈਗ ਨੂੰ। ਇੱਥੇ ਮੈਂ ਹੈਲਥ ਬੈਗ ਲਾਇਆ ਨਾਲ M249 ਚੱਕੀ, ਅਤੇ ਮੈਨੂੰ ਪਤਾ ਕਿ ਇੱਥੇ ਬੰਦੇ 2 ਹੋਰ ਵੀ ਨੇ। ਲੋਈ ਤੁਹਾਡੇ ਭਰਾ ਨੇ ਕਰਤਾ ਸ਼ਾਪਰ ਡਬਲ, ਅਤੇ ਉਸ ਤੋਂ ਬਾਅਦ ਪਾੜ ਦੇ ਦਿੱਤਾ ਜੀ। ਇੱਥੇ ਆ ਡੱਡੂਆ ਲੈ ਕੇ ਪਿਆ ਦੇਣ ਨੂੰ, ਆਪਾਂ ਹੁਣ ਕਰਦਾ ਪੂਰਾ ਡੱਡੂ। ਮੈਂ ਪੂਰਾ ਹੀ ਵੇਖ ਲਿਆ ਸੀ, ਲੇਕਿਨ ਇਹਨੂੰ ਨਾ ਹਮੇਸ਼ਾ ਤੁਹਾਨੂੰ ਮੈਂ ਟਿਪਸ ਦਿਆਂਗਾ ਕਿ ਇਹਨੂੰ ਜਦੋਂ ਵੀ ਮਾਰੋ ਨਾ, ਅਤੇ ਇਹਨੂੰ ਦੂਰੋਂ ਹੀ ਮਾਰੋ, ਇਹਦੇ ਲਾਗੇ ਨਾ ਲੱਗੋ, ਇਹ ਥੱਲੇ ਦੇ ਦਿੰਦਾ ਕੁੜੀ ਆਵਾ ਬੰਦਿਆਂ ਨੂੰ। ਲੋਈ ਇੱਥੇ ਡੱਡੂ ਮਹਿਤਾ ਹੀ ਬਾਹਰ, ਬੰਦਾ ਲੱਥ ਜਾਏਗਾ ਧੋਤੇ ਉਸ ਸਾਈਡ ਹੋ ਜਾਏਗਾ, ਅਤੇ ਉਹ ਕਿਨ ਮੇਰਾ ਜਾਏਗਾ ਚੋਰੀ, ਬੰਦਾ ਕੋਈ ਹੋਰ ਲੈ ਜਾਏਗਾ ਉਹਨੂੰ। ਅਤੇ ਮੈਂ ਗਲਾਈਡਰ 'ਤੇ ਜਾਵਾਂਗਾ ਸਾਹਮਣੇ ਛੱਤੇ, ਅਤੇ ਅੱਗੇ ਤੁਹਾਨੂੰ ਦਿਖਾਉਣਾ ਕੀ ਸਟੋਰੀ। ਇੱਥੇ ਹੀ ਫੁੱਲ ਮੈਂ ਬਕਵਾਸ ਸਪਰੇਅ ਦੇ ਨਾਲ ਬੰਦਾ ਕੀਤਾ ਜੇ ਨੌਂ, ਅਤੇ ਇੱਧਰੋਂ ਆਇਆ ਬੋਟ, ਅਤੇ ਬੋਟ ਨੂੰ ਵੀ ਆਪਾਂ ਮਾਰਿਆ, ਅਤੇ ਇਸ ਬੰਦੇ ਹੋਏਗਾ 8 ਰਿਵਾਈਵ ਦਾ ਕਾਰਡ। ਅਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਪੂਰਾ ਕਰਾਂ, ਲੇਕਿਨ ਅੱਗੋਂ ਫਿਰ ਮੈਂ ਜਾਵਾਂ ਇਹਦੇ ਕੋਲ, ਅਤੇ ਇੱਥੇ ਇਹ ਦੇਖੋ ਦੇਖਿਆ ਆਪੇ ਹੀ ਰਿਵਾਇਵ ਹੋ ਗਿਆ, ਜਿਹੜਾ ਦਵਾ ਅਪਡੇਟ ਆਇਆ ਨਾ ਇਹ ਬੜਾ ਰਣਬਜੀ ਦਾ ਪਾਰਟ ਹੈ। ਇੱਥੇ ਭਾਅ ਜੀ ਇੱਕ ਡੱਡੂ ਜਿਹਾ ਲੈ ਕੇ ਮੇਰੇ ਮਗਰ ਪੈ ਗਿਆ, ਅਤੇ ਮੈਂ ਗਿਆ ਨਸੋ। ਇਨਡੋਰ ਹੋ ਜਾਓ, ਇਨਡੋਰ ਨਹੀਂ ਤੁਹਾਨੂੰ ਕੁਛ ਕਹਿ ਸਕਦਾ, ਇਹਨੂੰ ਆਊਟਡੋਰ ਪੰਗਾ ਨਾ ਲੋਵੇ ਦੇਣਾ। ਇੱਥੇ ਮੈਂ ਕੋਸ਼ਿਸ਼ ਕਰ ਰਿਹਾ ਕਿ ਇਹ ਨਾ ਮੈਨੂੰ ਲਾਲਚ 'ਚ ਖਲੋਵੇ, ਅਤੇ ਮੈਂ ਇਹਨੂੰ ਮਾਰ ਦਿਆ ਸਿੱਧਾ ਸਿੱਧਾ ਹੀ, ਅਤੇ ਹੋਇਆ ਉਹੀ ਸੀਨ। ਫਿਰ ਇਹਨੇ ਨਾ ਮੇਰੀ ਲਾਲਚ 'ਚ ਕਿਲ ਦੇ ਚੱਕਰਾਂ 'ਚ ਇਹ ਗਿਆ ਖਲੋ ਇੱਥੇ, ਅਤੇ ਮੈਂ ਦਵਾ ਤਾਂ ਮੈਨੂੰ ਦਾਣਾ ਦੀ ਗੱਲ ਕੀਤੀ, ਇਹਨੂੰ ਮੈਂ ਤਾਂ ਇੱਥੇ ਲਾ ਦੇਦਾ ਹੋ ਗਿਆ ਜੇ ਅੱਬਾ ਜੇ ਪਰ ਡੱਬਾ ਮਾਰਕ ਦਾ ਲੋਕੇਸ਼ਨ ਜਦੋਂ ਰੱਬ ਰੱਖੇ ਇਸ ਤਾਂ ਖੋਲ ਸਾਨੂੰ ਮਾਰ ਸਕਦਾ ਲੋਕ ਜੀ, ਇਹਨੂੰ ਮਾਰਿਆ ਆਪਾਂ। ਇਸ ਤੋਂ ਬਾਅਦ ਮੈਨੂੰ ਬਾਅਦ ਹੀ ਗੋਰੀ ਨਹੀਂ ਪਤਾ ਨਹੀਂ ਕਿੱਥੋਂ ਮੈਂ ਚੰਪਾ ਨਿਬਾ ਮਾਰ ਕੇ ਹੋਇਆ ਸਾਈਡ 'ਤੇ, ਅਤੇ ਉੱਤੋਂ ਆਇਆ ਜੀ ਇੱਕ ਵਾਰ ਆਇਆ ਹੈ ਜੀ ਹਰਾ ਨੀਲਾ ਪੀਲਾ ਜੰਮੂ ਰਹਿੰਦਾ, ਇਹਨੂੰ ਆਪਾਂ ਕੀਤਾ ਪੂਰਾ। ਇੱਥੇ ਫਿਰ ਭਾਅ ਜੀ ਆ ਸ਼ੁਗਰ ਮੇਲਾ ਜੀ ਆਏ ਨੇ ਡੱਬਾ ਲੁੱਟਣ,
ਇਹ ਜਿਵੇਂ ਇੱਥੇ ਬੁੱਧ ਬਾਜ਼ਾਰ ਲੱਗਾ ਭਾਈ, ਇਹਨੂੰ ਆਪਾਂ ਸਾਰਿਆਂ ਨੂੰ ਜਿਹੜਾ ਨਾ ਥੱਲੇ ਦਿਆਂਗੇ ਪੈਰਾਂ ਦੇ, ਦੋ ਬੰਦੇ ਨੇ, ਇੱਕ ਨੂੰ ਤਾਂ ਮੈਂ ਇੱਥੇ ਕੰਮ ਲਾ ਦਿਆਂ ਨਾ, ਲੇਕਿਨ ਜਿਹੜਾ ਦੂਜਾ ਨਾ ਇਹ ਯਕੀ ਅਦਾ ਕਰਦਾ ਅਤੇ ਇਹ ਗਲਾਈਡਰ ਖੋਲ੍ਹ ਕੇ ਨਸਣ ਦੀ ਗੱਲ ਕਰਦਾ, ਇਹਦਾ ਚਿੱਟੇ ਸੂਟਾਂ ਦਾ, ਇਹ ਨੱਸ ਜਾਏਗਾ, ਉਹ ਦੂਜੇ ਨੂੰ ਮੈਂ ਇੱਥੇ ਪੂਰਾ ਕਰ ਦਿਆਂਗਾ, ਲੇਕਿਨ ਨਸਣ ਤਾਂ ਇਹਨੂੰ ਵੀ ਖੈਰ ਨਹੀਂ ਦਿੰਦਾ, ਇਹਨੇ ਮੇਰੀ ਬੜੀ ਧੂੜ ਲਵਾਈ ਹੈ। ਅਤੇ ਇੱਥੇ ਆ ਚੈੱਕ ਕਰੋ, ਇੱਥੇ ਆਇਆ ਇਹਦਾ ਜ਼ਰਾ ਸਾਹ ਠੰਡਾ ਪੈ ਗਿਆ ਇਹਦਾ, ਗਲਾਈਡਰ ਥੱਲੇ ਨੂੰ ਆਇਆ ਜ਼ਰਾ, ਅਤੇ ਮੇਰੇ ਜ਼ਿਹਨ 'ਚ ਗੱਲ ਆਈ ਕਿ ਬਾਈ ਇਹਨੂੰ ਮੈਂ ਚੱਲਦੇ ਤੂੰ ਕਿਉਂ ਨਾ ਲਾਵਾਂ ਥੱਲੇ, ਅਗਰ ਇਹ ਉਵੇਂ ਇੱਥੇ ਨਹੀਂ ਛੱਡਦੇ, ਇੱਥੇ ਤੁਹਾਡੇ ਭਰਾ ਨੇ ਮਾਰੀ ਜੀ ਜੰਪ ਥੱਲੇ ਉਤਰ ਗਿਆ, ਤਿੰਨੋਂ ਬਸ ਸਪਰੇ ਮਾਰਿਆ ਅਤੇ ਇਹਦਾ ਬਣ ਗਿਆ ਜੇ ਜੀ। ਇਹ ਲਓ ਜੀ, ਛੋਟਾ ਵੱਡਾ ਗੋਸ਼ਤ ਇੱਕ ਬਰਾਬਰ ਕਰਤਾ ਆਪਾਂ, ਇੱਥੋਂ ਮੈਂ ਲਿਖਣਾ ਹੈਗਾ ਚਾਹ ਰਹੇ ਤੇ ਭਾਅ ਜੀ ਮੇਰੇ ਤਾਂ ਕਿਸੇ ਨੇ ਫੈਰ ਖੋਲ੍ਹੇ ਤੇ ਮੈਂ ਕਿਹਾ ਚੈੱਕ ਤਾਂ ਕਰੀਏ, ਤੇਰਾ ਸੁਪਰਮੈਨ ਨੂੰ ਕਿਤੇ ਛੇੜਨ ਲੱਗ ਗਿਆ। ਇੱਥੇ ਆਪਾਂ ਆਪਣੀ ਲਾ ਲਈ ਬ੍ਰੇਕ, ਅਤੇ ਇੱਥੇ ਹੁਣ ਆਪਾਂ ਖਲੋਵਾਂਗੇ ਅਤੇ ਇਹਨੂੰ ਆਪਾਂ ਹੁਣ ਮਿਲਣਾ ਪੂਰਾ ਪੂਰਾ। ਇਹ ਹੁਣ ਮੈਨੂੰ ਆਉਂਦਾ ਵੇਖ ਕੇ ਨਾ, ਤਾਂ ਇਹ ਗਲਾਈਡਰ ਤਾਂ ਨਿਕਲੂ ਹੈ, ਲੇਕਿਨ ਮੈਂ ਕਿਹਾ ਨਾ ਮੇਰਾ ਭਰਾ ਨਾ ਛੋਟੇ, ਅੱਜ ਆਪਾਂ ਤੈਨੂੰ ਜਾਣ ਨਹੀਂ ਦਿੰਦੇ। ਇਹ ਲਓ ਜੀ, ਇੱਥੇ ਆਪਾਂ ਪੂਰਾ ਭਾਅ ਜੀ ਕ੍ਰਿਪਟੂ ਵਾਲਾ ਸਪਰੇਅ ਦਿੱਤਾ ਬੰਦਾ ਪੂਰਾ, ਇੱਥੇ ਚੈੱਕ ਕਰੋ, ਪਤਾ ਨਹੀਂ ਮੇਰਾ MS ਆਈ ਸੀ ਕਿੱਥੇ, ਨਸੀਬ ਆਈ ਸੀ, ਅਤੇ ਇਹਨੂੰ ਮੈਂ ਇੰਨਾ ਮਾਰਿਆ ਨੋਕ ਨਹੀਂ ਹੋਇਆ, ਫਿਰ ਮੈਨੂੰ ਇੱਕ ਦੋ ਫੈਰ ਤੁਮਾਰਿਆ ਨਾ ਅਤੇ ਡੱਬਾ ਹੋ ਜਾਏਗਾ। ਇਹ ਗਿਆ ਇੱਥੋਂ, ਸਾਹਮਣੇ ਇੱਕ ਬੰਦੇ ਨੇ ਦਰਖਤ ਪਿੱਛੇ ਕੈਂਪ ਲਾਇਆ ਅਤੇ ਭਾਅ ਜੀ ਪਿੱਛੋਂ ਵੀ ਬੁੱਕੋ ਆ ਗਈ ਜੀਪ, ਅਤੇ ਮੈਂ ਕਿਹਾ ਲਓ ਜੀ ਹਰੇ ਚਾਰ ਬੰਦੇ ਨੇ, ਮੈਂ ਸ਼ਾਰਟ ਹੋ ਗਿਆ, ਮੈਂ ਕਿਹਾ ਇੱਦਾਂ ਤਾਂ ਮੈਂ ਰਿਪਲੇਅਰ ਹੋਇਆ ਨਹੀਂ ਕਿ ਮੈਂ ਇਹਨਾਂ ਨੂੰ ਲੈ ਜਾਂ। ਇੱਥੇ ਮੈਂ ਥੋੜ੍ਹਾ ਹੈਲਥ ਹੁਲਤ ਲਾਈ ਹੈ ਅਤੇ ਇੱਥੇ ਬੜਾ ਫਨੀ ਸੀਨ ਹੈ, ਮੈਨੂੰ ਬੜਾ ਮਜ਼ਾ ਆਇਆ, ਮੈਨੂੰ ਹਾਸਾ ਵੀ ਬੜਾ ਆਇਆ, ਲੇਕਿਨ ਚੈੱਕ ਕਰੋ ਥੋੜ੍ਹਾ ਕੀ ਸ਼ੂਗਰ ਲੱਗਾ ਅੱਜ। ਮੈਂ ਧਿਆਨ ਦਿੱਤਾ ਕੋਈ ਨਹੀਂ, ਮੇਰੀ M4 ਦੇ ਵਿੱਚ ਗੋਲੀਆਂ ਸਨ ਘੱਟ, ਅਤੇ ਮੇਰੇ ਕੋਲ ਹੈਗਾ ਉੱਥੋਂ ਹੀਲ ਦਾ ਕਾਰਡ, ਇਹਨੂੰ ਨਹੀਂ ਪਤਾ, ਇਹ ਕੋਚ ਬਣਿਆ ਵੱਡਾ ਹੀ ਪ੍ਰੋ ਪਲੇਅਰ PMCO, ਇੱਥੋਂ ਮੈਂ ਹੋ ਗਿਆ ਜੀ ਰਿਵਾਇਲ, ਤੈਨੂੰ ਮੈਂ ਫੜ ਲਿਆ ਇੱਥੇ, ਮੈਂ ਖਲੋਜਾ ਨਾ ਕਾਕਾ ਤੂੰ, ਅਤੇ ਇਹਨੂੰ ਆਪਾਂ ਮਾਰਦਾ ਅਤੇ ਬੰਦਾ ਪਿੱਛੇ ਰਹਿ ਗਿਆ ਕਿ ਇੱਥੇ ਮੈਂ ਆਇਆ, ਇੱਥੇ ਮੈਨੂੰ ਆਇਆ ਫੁੱਟ ਸਟੈਪ, ਅਤੇ ਉਹੀ ਆਪਣੀ ਜਿਹੜੀ ਕਿਸਮਤ ਵਾਲੀ ਗੱਲ ਹੈ ਭਾਅ ਜੀ, ਚਿਕਨ ਤੇ ਨਰਪਣਾ ਹੀ ਸੀ, ਇੱਥੇ ਆ ਗਿਆ ਬੋਟਾ, ਬੋਟੇ ਦਾ ਆਪਾਂ ਕਰਦਾ ਛੋਟਾ, ਅਤੇ ਇੱਥੋਂ ਹੁਣ ਆਪਾਂ ਜੀ ਬਸ ਮੋੜ ਸਮੋੜ ਕਰਾਂਗੇ ਅਤੇ ਲੋਬੀ ਨਿਕਲ। ਲਾਈਕ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਉਹਦਾ।